हाँ जी, की हाल है जी? सारे का ठीक ठाक। तो मैं अज सी अपने संदीप भाई नाल। हेलो कर दे, की हाल चाल है जी? तो अज थानू दस दें एक चीज़ दिखाने नाले, इत्थे एक दुबई दे विच मेला होना सीगा पिछले साल, एक्सपो 2020 है उहदा नाम। तुसीं यूट्यूब दे उत्ते सर्च करके देख सकते हो, उन्होंने अपनी ऑफिशियल वीडियो पाई हुई आ। 6 महीने चलना है, कल तो शुरू आ। तुहानू जगह दिखाने वो जिथे होण जा रहा, ते इहदी तैयारियां पिछले साल तो ही लगे हुए तकरीबन करन, कोविड करके डिले हो गया सीगा। तो हुण उहदी जगह तुहानू दिखाने सी, उहदे जमा ही पूरे दी लंघना। तो बहुत ज़्यादा हाई लैवल से उन्होंने इहदियां तैयारियां करी हुई ने। तो जे कोई आना चाहता आ भी सकता वा, उहदे बेस के उत्ते पासपोर्ट भी बनता वा, उहदा वो इत्थे आ के इशू होगा। तो वीज़ा वगैरह टूरिस्ट लैके तुसीं आ सकते हो देखण वास्ते, ते उहदा परमिट बनता मेरे ख्याल है ना, परमिशन वगैरह लैनी पैंदी आ। ते ਉਹ ਸਾਨੂੰ ਜਗ੍ਹਾ ਦਿਖਾਉਂਦੇ ਆ ਜੀ, ਬਹੁਤ ਸੋਹਣੀ ਜਗ੍ਹਾ। ਉਹਨਾਂ ਨੇ ਬਹੁਤ ਜ਼ਿਆਦਾ ਰੋਡ ਵੀ ਦੇਖ ਲਓ ਪਹਿਲਾਂ ਤੁਸੀਂ, ਇਹਨਾਂ ਨੇ ਸਾਰਾ ਕੁਛ ਉਹਦੇ ਵਾਸਤੇ ਬਣਾਇਆ ਹੋਇਆ। ਆ ਜਾ ਰਿਹਾ ਰੋਡ, ਸਾਹਮਣੇ ਬ੍ਰਿਜ ਆਊਗਾ, ਬ੍ਰਿਜ ਤੋਂ ਰਾਈਟ ਸਾਈਡ ਸ਼ੁਰੂ ਹੋ ਜਾਣਾ ਉਹੀ ਜਗ੍ਹਾ ਸਾਰੀ। ਐਕਸਪੋ 2020 ਦੇ ਝੰਡੇ ਬਹੁਤ ਲੱਗੇ ਨੇ, ਆਹ ਝੰਡੇ ਜੇ ਵੀ ਉਹਦੇ ਨੇ। ਆ ਸਾਰੀ ਇਹਦੀ ਉਹਦੀ ਐਡ ਚੱਲ ਰਹੀ ਆ, ਇਹਨਾਂ ਦੇ ਜਿੰਨੇ ਵੀਜ਼ੇ ਨਿਕਲਦੇ ਨੇ, ਜਿੰਨੇ ਵੀ ਇਹਨਾਂ ਦੀਆਂ ਟਿਕਟਾਂ ਵਗੈਰਾ ਨੇ, ਜਾਂ ਜਿੰਨਾ ਵੀ ਮਤਲਬ ਹਰੇਕ ਸਾਡੇ ਜਿਹੜੇ ਫੋਨ ਨੇ, ਫੋਨ ਸਿਮ ਦੀ ਜਿਹੜੀ ਰੇਂਜ ਆ ਰਹੀ ਆ, ਜਿਵੇਂ ਆਪਣੇ ਰੇਂਜ ਆਉਂਦੀ ਆ ਏਅਰਟੈੱਲ ਜਾਂ ਆਈਡੀਆ, ਉਹਦੇ ਉੱਤੇ ਵੀ ਇਹਨਾਂ ਦਾ ਐਕਸਪੋ 2020 ਲਿਖਿਆ ਆ ਰਿਹਾ। ਇੰਨੀ ਜ਼ਿਆਦਾ ਐਡਵਰਟਾਈਜ਼ਮੈਂਟ ਆ ਰਹੀ ਆ, ਆਹ ਦੇਖ ਲਓ ਤੁਸੀਂ, ਆਪਣਾ ਬੋਰਡ ਆ ਗਿਆ ਪੂਰੇ, ਇਹਦੇ ਉੱਤੇ ਵੀ ਐਕਸਪੋ 2020 ਦੁਬਈ ਆ ਗਿਆ। ਹੁਣ ਜਿਹਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ, ਜਾਂ ਮਤਲਬ ਉੱਦਾਂ ਹੀ ਉਹਨਾਂ ਨੇ ਕੋਈ ਜਿਹਨੇ ਵੀ ਕੁਛ ਇਹਦੇ ਬਾਰੇ ਜਾਣਨਾ ਵਾ, ਤਾਂ ਇਹ ਯੂਟਿਊਬ ਦੇ ਉੱਤੇ ਤੁਸੀਂ ਜਾ ਕੇ ਐਕਸਪੋ 2020 ਓਫੀਸ਼ੀਅਲ ਇਹਨਾਂ ਦੀ ਉਹ ਆ ਪੂਰਾ ਚੈਨਲ ਬਣਾਇਆ ਹੋਇਆ, ਅਤੇ ਉਹਦੇ ਉੱਤੇ ਇਹਨਾਂ ਨੇ ਪਾਇਆ ਹੋਇਆ ਸਾਰਾ ਆਪਦਾ ਇਹਦਾ ਬਾਇਓਡਾਟਾ ਵੀ, ਇਹਦੇ ਵਿੱਚ ਕੀ ਨਵੀਂ ਨਵੀਂ ਟੈਕਨੋਲੋਜੀ ਇਹਨਾਂ ਨੇ ਪੂਰੀ, ਇੱਥੇ ਪੂਰੀ ਦੁਨੀਆ ਤੋਂ ਲੋਕਾਂ ਨੂੰ ਇਹਨਾਂ ਨੇ ਇਨਵਾਈਟ ਕੀਤਾ ਹੋਇਆ। ਅਤੇ ਇੱਥੋਂ ਹਾਂ ਪੂਰੀ ਫੁੱਲ ਤਿਆਰੀ ਹੈ, ਜਿਹਨੂੰ ਕਹਿੰਦੇ ਆ ਹੱਦੋਂ ਵੱਧ ਇਹਨਾਂ ਨੇ ਖਰਚਾ ਕਰਿਆ ਹੋਇਆ ਇਹਦੇ 'ਤੇ, ਇਹਦਾ ਕੋਈ ਹਿਸਾਬ ਨਹੀਂ ਹੈਗਾ। ਉਹ ਸਾਰਾ ਹੀ ਮਤਲਬ ਇਹਨਾਂ ਨੇ ਕੱਲ੍ਹ ਤੋਂ ਸ਼ੁਰੂ ਆ ਮੇਲਾ, ਕਿਉਂਕਿ ਇਹ ਚੀਜ਼ ਵੀ ਦੁਬਈ ਨੇ ਅਚੀਵ ਕਰੀ ਆ ਵੀ ਇਹ ਜਿਹੜਾ ਐਕਸਪੋ 2020 ਲਈ ਵੀ ਇਹ ਸਿਲੈਕਟ ਕਰਦੇ ਹੁੰਦੇ ਕੰਟਰੀ, ਸੋ ਇਹਨਾਂ ਨੇ 2020 ਦੇ ਵਿੱਚ ਇਹ ਦੁਬਈ ਨੂੰ ਸਿਲੈਕਟ ਕਰਿਆ ਸੀਗਾ। ਇਹਦੇ ਬੇਸ 'ਤੇ ਇਹ ਪਾਸਪੋਰਟ ਵੀ ਇਸ਼ੂ ਕਰ ਰਹੇ ਨੇ, ਜਿਹੜੇ ਇਹਦੇ ਲਈ ਉਹ ਵੈਲਿਡ ਹੋਣਗੇ ਐਕਸਪੋ 2020 ਲਈ। ਆਹ ਜਿਹੜੀਆਂ ਲਾਈਟਾਂ ਨੇ, ਤੁਸੀਂ ਲਾਈਟਾਂ ਦੇ ਵਿੱਚ ਵੀ ਇਹਨਾਂ ਦਾ ਸਾਈਨ, ਮਤਲਬ ਇਹਨਾਂ ਨੇ ਥੱਲੇ ਜਿਹੜਾ ਆਹ ਜਿਹੜੇ ਲਾਏ ਹੋਏ ਨੇ ਨਾ ਥੱਲੇ ਗੋਲ ਗੋਲ ਜਿਹੀਆਂ, ਇਹ ਉਹਦਾ ਹੀ ਝੰਡਾ, ਉਹਦੀ ਉਹ ਆ ਆਪਣੇ ਉਹਦੇ ਝੰਡੇ ਜੇ ਦੀ ਉਹ ਐਕਸਪੋ ਦਾ ਝੰਡਾ ਜਿਹੜਾ, ਉਹਦੀ ਨਿਸ਼ਾਨੀ ਆ ਇਹ, ਇੱਥੋਂ ਸ਼ੁਰੂ ਹੋ ਜਾਂਦਾ ਜੀ। ਆਹ ਦੇਖ ਲਓ ਆਹ ਬ੍ਰਿਜ ਵੀ ਸਾਰਾ ਉਸ ਹਿਸਾਬ ਨਾਲ ਡੈਕੋਰੇਸ਼ਨ ਵੀ ਕਰੀ ਹੋਈ ਆ, ਹਰ ਇੱਥੋਂ ਸ਼ੁਰੂ ਹੋ ਗਿਆ ਜੀ ਇਹ, ਇੱਥੋਂ ਹੀ ਆ ਵੀਰੇ। ਹਾਂ ਹਾਂ ਇੱਥੋਂ ਸ਼ੁਰੂ ਹੋ ਗਿਆ ਇਹ, ਆਹ ਸਾਰੀ ਜਗ੍ਹਾ ਜਿੰਨੀ ਵੀ ਇਹਨਾਂ ਨੇ ਬਣਾਈ ਆ 2020 ਕਰਕੇ ਬਣਾਈ ਆ। ਬਾਕੀ ਤੁਸੀਂ ਜੇ ਇਹਦੇ ਬਾਰੇ ਹੋਰ ਡਿਟੇਲ ਦੇ ਵਿੱਚ ਜਾਣਾ ਚਾਹੁੰਦੇ ਹੋ, ਤੇ ਤੁਸੀਂ ਇਹ ਆਹ ਮੇਨ ਬਿਲਡਿੰਗ ਤਾਂ ਆਹ ਵਾ, ਆਹ ਜਿਹੜੀ ਗੋਲ ਜਿਹੀ ਆ, ਹਾਂ ਆਹ ਗੋਲ ਜੀ ਬਿਲਡਿੰਗ ਆ ਜਿਹੜੀ, ਇਹ ਇਹਦੇ ਅੰਦਰ ਆ ਜਿਹੜਾ ਵੀ ਹੈਗਾ ਇਹਨਾਂ ਦਾ ਔਰਗਨਾਈਜ਼ ਕਰਿਆ ਹੋਇਆ ਵਾ। ਅਤੇ ਡਿਟੇਲ 'ਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਯੂਟਿਊਬ ਦੇ ਉੱਤੇ ਇਹਨਾਂ ਦੇ ਜਾ ਸਕਦੇ ਹੋ, ਅਫੀਸ਼ੀਅਲ ਪਾਈ ਹੋਈ ਇਹਨਾਂ ਨੇ ਵੀਡੀਓ। ਹਾਂ ਇੱਥੇ ਪਾਰਕ ਵਗੈਰਾ ਸਾਰਾ, ਆਹ ਰੋਡ ਹੀ ਦੇਖ ਲਓ ਪਹਿਲਾਂ ਤਾਂ, ਰੋਡ ਕਿੰਨੇ ਟਰੈਕ ਨੇ, 6-7 ਟਰੈਕ ਵਾਲਾ ਰੋਡ ਜਿਹੜਾ ਇਹਨਾਂ ਨੇ ਤਿਆਰ ਕਰਿਆ, ਇਹਦੇ ਵਾਸਤੇ ਕਰਿਆ, ਇੱਥੇ ਹੁਣ ਜਾ ਰਿਹਾ ਜੀ। ਜਦੋਂ ਯੂਟਿਊਬ 'ਤੇ ਤੁਸੀਂ ਜਾਓਗੇ ਤੁਹਾਨੂੰ ਆਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਦਿਖਾਉਣੀਆਂ ਨੇ। ਜਿਹੜੇ ਬੰਦੇ ਟੈਕਨੋਲੋਜੀ ਦੇ ਵਿੱਚ ਇੰਟਰਸਟਡ ਨੇ, ਕਿਸੇ ਦਾ ਇੰਟਰਸਟ ਕਿਵੇਂ ਹੁੰਦਾ, ਕਿਸੇ ਦਾ ਕਿਵੇਂ, ਜਿਹੜੇ ਟੈਕਨੋਲੋਜੀ ਦੇ ਵਿੱਚ ਇੰਟਰਸਟ ਰੱਖਦੇ ਨੇ, ਰੋਬੋਟ ਵਗੈਰਾ ਜਿਹੜੇ ਬਣਦੇ ਆ, ਉਹਨਾਂ ਦੇ ਬਾਰੇ ਇਹਨਾਂ ਨੇ ਪੂਰੀ ਐਡਵਰਟਾਈਜ਼ਮੈਂਟ ਇੱਥੇ ਕਰਨੀ ਆ, ਜਿੰਨਾ ਕੁ ਮੈਂ ਇਹਦੇ ਬਾਰੇ ਪੜ੍ਹਿਆ ਜਾਂ ਜਿੰਨਾ ਕੁ ਵੀ ਉਹ ਕਰਿਆ। ਅਤੇ ਆਹ ਜਗ੍ਹਾ 'ਤੇ ਹੀ ਹੋਣਾ ਉਹ ਸਾਰਾ, 6 ਮਹੀਨੇ ਚੱਲਣਾ ਹੈ ਇਹਦੇ ਬੇਸ 'ਤੇ। ਆਹ ਦੇ ਲਿਖਿਆ
ਇਹਦੇ ਬੇਸ ਤੇ ਇਹ ਇਹਨਾਂ ਨੇ ਜਿਹੜਾ ਹੁਣ ਆ ਵੀਜ਼ੇ ਵਗੈਰਾ ਥੋੜੇ ਜਿਹੇ ਇਹਨਾਂ ਨੇ ਉਹ ਕਰਤੀ ਕਿ ਨਾ ਜਿਵੇਂ ਪਹਿਲਾਂ ਇੰਨਾ ਸਟ੍ਰਿਕਟ ਸੀਗਾ ਵੀਜ਼ੇ ਵਗੈਰਾ ਇਹ ਦੇਣ ਲੱਗ ਗਏ ਥੋੜੇ ਜਿਹੇ ਈਜ਼ੀ ਇਹਦੇ ਕਰਕੇ ਦੇਣ ਲੱਗ ਗਏ ਵੀ ਇਹਨਾਂ ਨੂੰ ਪਤਾ ਵੀ ਲੋਕਾਂ ਨੇ ਆਉਣਾ ਹੀ ਤਾਂ ਆਮ ਜੀ ਅਸੀਂ ਥੋੜੇ ਜਿਹੇ ਮਤਲਬ ਉਹਨਾਂ ਨੂੰ ਕਰਾਂਗੇ ਸੌਖੇ ਕਰਾਂਗੇ ਹੈ ਨਾ ਆਉਣ ਵਾਸਤੇ ਵੀ ਪਹਿਲਾਂ ਇਹਨਾਂ ਨੇ ਇਹ ਤਾਂ ਬਹੁਤ ਸਟ੍ਰਿਕਟ ਨੇ ਨਹੀਂ ਤਾਂ ਇਹ ਕੋਵਿਡ ਦੇ ਜਿਵੇਂ ਹੁਣ ਚੱਲ ਰਿਹਾ ਟਾਈਮ ਇਹਦੇ ਵਿੱਚ ਤਾਂ ਇਹ ਅਲਾਓ ਕਰੇ ਨਹੀਂ ਸੀ ਸਕਦੇ ਫਿਰ ਵੀ ਇਹਨਾਂ ਨੇ ਜਿਵੇਂ ਆਪਦਾ ਦੇ ਦਿੱਤੀ ਪਰਮਿਸ਼ਨ ਵੀ ਦੋ ਟੈਸਟ ਹੋਣੇ ਜ਼ਰੂਰੀ ਨੇ ਆ ਸਕਦੇ ਆ ਇੱਥੇ ਅਤੇ ਇੱਕ ਚੀਜ਼ ਹੋਰ ਆਪਣੇ ਇੱਕ ਚੀਜ਼ ਹੋਰ ਮੈਂ ਦੱਸਣੀ ਚਾਹੁੰਦਾ ਵੀ ਜਿਹੜੇ ਇੰਡੀਆ ਤੋਂ ਆ ਰਹੇ ਨੇ ਇੰਡੀਆ ਤੋਂ ਜਿਹੜੇ ਵੀ ਆ ਰਹੇ ਨੇ ਵੀਰ ਕੋਈ ਵੀ ਆ ਰਿਹਾ ਵਾ ਉਹਨਾਂ ਲਈ ਬਹੁਤ ਜ਼ਰੂਰੀ ਇਨਫੋਰਮੇਸ਼ਨ ਇਹ ਆ ਬਈ ਜਿੰਨਾ ਕੁ ਮੈਂ ਇੱਥੇ ਜਾਣੀ ਆਪ ਆਇਆ ਸੀਗਾ ਮੈਨੂੰ ਮੈਂ 24 ਨੂੰ ਆ ਗਿਆ ਸੀਗਾ ਅਤੇ ਜਿਹੜਾ ਕੋਵਿਡ ਦੇ ਆਪਾਂ ਵੈਕਸੀਨੇਸ਼ਨ ਲਵਾਉਂਦੇ ਹਾਂ ਨਾ ਮੈਂ ਵੀ ਲਵਾਈਆਂ ਹੋਈਆਂ ਸੀਗੀਆਂ ਕੋਵਿਡ ਸ਼ੀਲਡ ਦੀ ਪਰ ਉਹ ਜ਼ਰੂਰੀ ਨਹੀਂ ਹੈਗੀ ਇੱਥੇ ਏਅਰਪੋਰਟ ਦੇ ਉੱਤੇ ਉਹਦਾ ਸਰਟੀਫਿਕੇਟ ਪਹਿਲਾਂ ਹੀ ਮੈਨੂੰ ਉਹਨਾਂ ਨੇ ਇੱਕ ਪੇਪਰ ਅੱਡ ਕੱਢ ਕੇ ਫੜਾ ਤਾ ਕਹਿੰਦੇ ਵੀ ਇਹਦੀ ਲੋੜ ਨਹੀਂ ਹੈਗੀ ਹੈ ਨਾ ਵੀ ਤੁਹਾਡੀ RT-PCR ਦਾ ਜਿਹੜਾ ਤੁਹਾਡਾ ਟੈਸਟ ਆ ਵੀ ਉਹੀ ਚਾਹੀਦਾ ਜ਼ਰੂਰੀ ਉਹੀ ਚੀਜ਼ ਜ਼ਿਆਦਾ ਮਤਲਬ ਕੰਪਲਸਰੀ ਆ ਵੀ ਇਹਦੀ ਲੋੜ ਨਹੀਂ ਹੈਗੀ ਵੈਕਸੀਨੇਸ਼ਨ ਦੀ ਹੈ ਨਾ ਵੀ ਸਰਟੀਫਿਕੇਟ ਦੀ ਵੀ ਠੀਕ ਆ ਤੁਹਾਡਾ ਇੱਕ ਏਅਰਪੋਰਟ 'ਤੇ ਕਰ ਲੈਂਦੇ ਨੇ ਉਹ ਇੱਕ ਤੁਹਾਡਾ RT-PCR ਵਾਲਾ ਟੈਸਟ ਹੋ ਗਿਆ ਅਤੇ ਦੂਜਾ ਉਹ ਜਿਹੜਾ ਉੱਥੇ ਕਰ ਲੈਂਦੇ ਨੇ ਉਹ ਹੋ ਗਿਆ ਅਤੇ ਤੀਜਾ ਹੁੰਦਾ ਦੁਬਈ ਏਅਰਪੋਰਟ 'ਤੇ ਉਤਰ ਕੇ ਫੇਰ ਹੁੰਦਾ ਵਾ ਇੱਕ ਰੈਪਿਡ ਟੈਸਟ ਆ ਜਿਹੜਾ ਤਿੰਨ ਟੈਸਟ ਹੁੰਦੇ ਨੇ ਇਹਦੇ ਬੇਸ 'ਤੇ ਹੀ ਮਤਲਬ ਤੁਹਾਨੂੰ ਇਹ ਅਲਾਓ ਕਰ ਦਿੰਦੇ ਇੱਥੇ ਆਉਣ ਵਾਸਤੇ ਹੈ ਨਾ ਅਤੇ ਜਿਹੜੀਆਂ ਹੁਣ ਤਾਂ ਵੈਸੇ ਕੈਨੇਡਾ ਵਗੈਰਾ ਦੀਆਂ ਵੀ ਫਲੈਟਾਂ ਸਿੱਧੀਆਂ ਚੱਲ ਪਈਆਂ ਪਹਿਲਾਂ ਉਹ ਨਹੀਂ ਸੀਗੀਆਂ ਪਹਿਲਾਂ ਉਹ ਵਾਇਆ ਦੁਬਈ ਹੋ ਕੇ ਜਿਹੜੇ ਪਲੇਨ ਦੇ ਵਿੱਚ ਮੈਂ ਆਇਆ ਸੀਗਾ ਉਹ 30 ਫਲੈਟ ਜਿਹੜੇ ਤਕਰੀਬਨ ਅੱਧੇ ਲੋਕ ਉਹਦੇ 'ਚ ਕੈਨੇਡਾ ਦੇ ਸੀਗੇ ਸਟੂਡੈਂਟ ਸੀਗੇ ਕੁਛ ਪਰਮਾਨੈਂਟ ਵੀ ਸੀਗੇ ਵਾਇਆ ਦੁਬਈ ਹੋ ਕੇ ਜਾ ਰਹੇ ਸੀਗੇ ਉਹ ਸੋ ਇਹ ਬਹੁਤ ਜ਼ਰੂਰੀ ਇਨਫੋਰਮੇਸ਼ਨ ਆ ਬਹੁਤ ਜਾਣੇ ਪੁੱਛਦੇ ਹੁਣ ਮੈਨੂੰ ਮੈਸੇਜ ਵੀ ਕਰਦੇ ਰਹਿੰਦੇ ਆ ਵੀ ਬਾਈ ਕੀ ਬਣਿਆ ਬਈ ਆਪਣੇ ਵੈਕਸੀਨੇਸ਼ਨ ਦਾ ਕੀ ਜ਼ਰੂਰੀ ਹੈਗੀ ਕਿਵੇਂ ਆ ਮੈਂ ਤਾਂ ਬਾਈ ਲਵਾਈ ਹੋਈ ਸੀਗੀ ਕੋਵਿਡ ਸ਼ੀਲਡ ਲਵਾਈ ਸੀਗੀ ਕੋਈ ਪ੍ਰੋਬਲਮ ਨਹੀਂ ਬਾਕੀ ਜੇ ਤੁਹਾਡੇ ਨਹੀਂ ਵੀ ਲੱਗੀ ਹੋਈ ਤੁਸੀਂ ਦੋ ਟੈਸਟ ਕਰਵਾ ਕੇ ਆਉਣੇ ਆ ਇਹ ਅਤੇ ਆ ਤੀਜਾ ਇੱਥੇ ਆ ਕੇ ਹੋਣਾ ਤੁਹਾਡਾ ਆ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਜਿਵੇਂ ਮਰਜ਼ੀ ਆ ਕੇ ਤੁਸੀਂ ਇੱਥੇ ਆਪਦੀ ਜੋਬ ਵਗੈਰਾ ਸਰਚ ਕਰ ਸਕਦੇ ਹੋ ਅਤੇ ਠੀਕ ਨਹੀਂ ਵੀਰੇ ਜਿਹੜੀ ਚੀਜ਼ ਜ਼ਰੂਰੀ ਆ ਅਤੇ ਬਾਕੀ ਚਲੋ ਠੀਕ ਆ ਬਾਕੀ ਫਿਰ ਮਿਲਦੇ ਹਾਂ।